are watching Channel Y. Channel Y, a South Asian Canadian channel. ਫਤਿਹਗੜ੍ਹ ਸਾਹਿਬ ਵਿੱਚ ਥਾਣਾ ਸਰਹੰਦ ਫਲਾਇੰਗ ਟੀਮ ਵੱਲੋਂ ਬਾਹਰਲੇ ਸੂਬੇ ਤੋਂ ਆ ਰਹੇ ਇੱਕ ਕੈਸ਼ ਵੈਨ ਵਰਗੀ ਕਾਰ ਵਿੱਚੋਂ 25 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਜਾਣਕਾਰੀ ਮੁਤਾਬਕ ਪੁਲਿਸ ਨੇ ਜਦੋਂ ਉਕਤ ਵੈਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਸ ਵਿੱਚੋਂ ਵੱਡੀ ਮਾਤਰਾ ਵਿੱਚ ਸੋਨਾ ਮਿਲਿਆ। ਵੈਨ ਸਵਾਰ ਦੋ ਵਿਅਕਤੀ ਸੋਨੇ ਬਾਰੇ ਕੋਈ ਵੀ ਠੋਸ ਦਸਤਾਵੇਜ਼ ਨਹੀਂ ਦਿਖਾ ਸਕੇ। ਪੁਲਿਸ ਨੇ ਜਦ ਇਸ ਸੋਨੇ ਨੂੰ ਜੋਖਿਆ ਤਾਂ ਇਸਦਾ ਵਜ਼ਨ 25 ਕਿਲੋ ਨਿਕਲਿਆ। ਪੁਲਿਸ ਨੇ ਮਾਮਲੇ ਦੀ ਸੂਚਨਾ ਆਮਦਨਕਾਰ ਵਿਭਾਗ ਤੇ ਪਟਿਆਲਾ ਦੇ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਹੈ। ਫਤਿਹਗੜ੍ਹ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਪੰਜਾਬ ਵਿੱਚੋਂ 9.5 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਵੀ ਬਰਾਮਦ ਕੀਤੀ ਗਈ ਸੀ। 2019 ਦੀਆਂ ਲੋਕ ਸਭਾ ਚੋਣਾਂ ਕਰਕੇ ਲੱਗੇ ਆਦਰਸ਼ ਜਾਬਤੇ ਦੌਰਾਨ ਪੰਜਾਬ ਵਿੱਚ ਨਾਜਾਇਜ਼ ਸੋਨੇ ਦੀ ਸਭ ਤੋਂ ਵੱਡੀ ਇਹ ਬਰਾਮਦਗੀ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਡੀਆਂ ਡਿਫਰੈਂਟ ਟੀਮਾਂ ਦੇ ਨਾਕੇ ਲੱਗੇ ਹੋਏ ਨੇ, ਪੁਲਿਸ ਦੇ ਨਾਕੇ ਲੱਗੇ ਹੋਏ ਨੇ ਇੰਟਰ ਡਿਸਟ੍ਰਿਕਟ ਬਾਊਂਡਰੀ ਤੇ, ਵਿਦ ਇਨ ਡਿਸਟ੍ਰਿਕਟ ਆਲਸੋ ਫਲਾਇੰਗ ਸਕੁਐਡ ਸਟੈਟਿਕ ਜਿਹੜੀਆਂ ਸਾਡੀਆਂ ਟੀਮਾਂ ਨੇ ਉਹਨਾਂ ਨਾਕੇ ਲਗਾਏ ਹੋਏ ਨੇ ਤੇ ਰੈਗੂਲਰ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈ। ਕੱਲ ਐਸੇ ਚੈਕਿੰਗ ਦੇ ਦੌਰਾਨ ਸਰੰਤਾ ਨੇ ਕੋਲੇ ਸਾਡੀਆਂ ਟੀਮਾਂ ਚੈੱਕ ਕਰ ਰਹੀਆਂ ਸੀਗੀਆਂ ਤੇ ਇੱਕ ਗੱਡੀ ਜੋ ਬੈਂਕ ਦਾ ਕੈਸ਼ ਜਿਸ ਤਰ੍ਹਾਂ ਦੇ ਲੈ ਕੇ ਆ ਰਹੀ ਗੱਡੀ ਹੁੰਦੀ ਉਸ ਤਰ੍ਹਾਂ ਦੀ ਗੱਡੀ ਰੋਕੀ ਗਈ ਤੇ ਜਦੋਂ ਮੁਲਾਜ਼ਮ ਜਿਹੜੇ ਅੰਦਰ ਬੈਠੇ ਸੀਗੇ ਉਹਨਾਂ ਨਾਲ ਪੁੱਛਤਾਛ ਕੀਤੀ ਗਈ। ਥੋੜੇ ਸਸਪੀਸ਼ੀਅਸ ਲੱਗੇ, ਗੱਡੀ ਦੀ ਚੈਕਿੰਗ ਕਰਨ ਤੇ 25 ਕਿਲੋ ਸੋਨਾ ਪਾਇਆ ਗਿਆ ਜੋ ਉਹਨਾਂ ਕੋਲੇ ਕਾਗਜ਼ ਸੀਗੇ, ਕਾਗਜ਼ ਠੀਕ ਨਹੀਂ ਸੀਗੇ ਉਹਨਾਂ ਦੇ ਐਸ ਪਰ ਬਿਲਟੀ, ਜੋ ਗੱਡੀ ਦਾ ਨੰਬਰ ਹੋਣਾ ਚਾਹੀਦਾ ਸੀ, ਐਕਚੁਅਲ ਨੰਬਰ ਡਿਫਰੈਂਟ ਸੀ, ਰੂਟ ਉਹਨਾਂ ਦਾ ਡਿਫਰੈਂਟ ਸੀ, ਜਿਹੜੀ ਜਗ੍ਹਾ 'ਤੇ ਉਹ ਸੋਨਾ ਲੈ ਕੇ ਜਾਣ ਦਾ ਕਹਿ ਰਹੇ ਸੀ ਉਹ ਐਸ ਪਰ ਬਿਲਟੀ ਜਾਣਾ ਚਾਹੀਦਾ ਸੀ ਅੰਮ੍ਰਿਤਸਰ, ਪਰ ਮੁਲਾਜ਼ਮ ਦੱਸ ਰਹੇ ਸੀ ਕਿ ਅਸੀਂ ਲੁਧਿਆਣਾ ਲੈ ਕੇ ਜਾ ਰਹੇ ਹਾਂ ਅਤੇ ਜਿਹੜਾ ਇੰਟਾਇਰ ਅਫੇਅਰ ਸੀ ਇਹ ਸਸਪੀਸ਼ੀਅਸ ਸੀ ਅਤੇ ਸਾਨੂੰ ਇਹ ਲੱਗ ਰਿਹਾ ਕਿ ਗਲਤ ਡਾਕੂਮੈਂਟ ਦੇ ਬੇਸ 'ਤੇ ਇਲੀਗਲ ਤਰੀਕੇ ਨਾਲ ਸੋਨਾ ਲੈ ਕੇ ਜਾਇਆ ਜਾ ਰਿਹਾ ਸੀ ਅਤੇ ਇਸ ਲਈ ਜਿਹੜਾ ਸੋਨਾ ਹੈ ਉਹ ਸੀਜ਼ ਕਰ ਲਿਆ ਗਿਆ ਹੈ। ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ। ਟੋਟਲ ਜੋ ਸੋਨੇ ਦਾ ਜੋ ਵੇਟ ਹੈ ਦੈਟ ਇਜ਼ 25 ਕਿਲੋ ਦਾ ਸੋਨਾ ਹੈ ਅਤੇ ਅਪਰੋਕਸੀਮੇਟਲੀ 8.5 ਕਰੋੜ ਰੁਪਏ ਦੀ ਕੀਮਤ ਬਣਦੀ ਹੈ। ਹੁਣ ਇਸ ਤੋਂ ਬਾਅਦ ਜੋ ਫਰਦਰ ਕਾਰਵਾਈ ਹੈ ਉਹ ਇਨਕਮ ਟੈਕਸ ਡਿਪਾਰਟਮੈਂਟ ਉਹਨਾਂ ਦਾ ਜੋ ਰੂਲ ਰੈਗੂਲੇਸ਼ਨ ਹੈਗੇ ਨੇ ਐਸ ਪਰ ਦੇ ਐਕਟ ਦੇ ਵਿਲ ਡੂ ਦਾ ਫਰਦਰ ਅਸੈਸਮੈਂਟ। ਹਰਿਦਵਾਰ ਤੋਂ ਬਣ ਕੇ ਆਇਆ ਹੈਗਾ ਜੋ ਬਿਲਟੀ ਜੋ ਸੋ ਕੋਲਡ ਬਿਲਟੀ ਸੀ ਉਹਦੇ 'ਚ ਹਰਿਦਵਾਰ ਤੋਂ ਅੰਮ੍ਰਿਤਸਰ ਜਾਣਾ ਚਾਹੀਦਾ ਸੀ ਅਤੇ ਉੱਥੋਂ ਹੀ ਕਹਿ ਰਹੇ ਕਿ ਇਹ ਸੋਨਾ ਹਰਿਦਵਾਰ ਤੋਂ ਦਿੱਲੀ ਗਿਆ ਅਤੇ ਦਿੱਲੀ ਤੋਂ ਫਰਦਰ ਇਹਨਾਂ ਨੇ ਗੱਡੀ ਚੇਂਜ ਕੀਤੀ, ਗੱਡੀ ਚੇਂਜ ਕਰਕੇ ਲੁਧਿਆਣਾ ਲੈ ਗਿਆ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।